ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸ਼੍ਰੀ ਸੁਖਮਨੀ ਸਾਹਿਬ ਵਿਖੇ 24 ਤਰੀਕ ਨੂੰ ਜਿਹੜੀ ਚੋਣ ਹੋਣ ਜਾ ਰਹੀ ਹੈ, ਉਸ ਵਿੱਚ ਅਸੀਂ ਭਾਗ ਲੈ ਰਹੇ ਹਾਂ, ਸਰ ਸੁਖਰਾਜ ਸਿੰਘ ਗਿੱਲ ਅਤੇ ਦਾਸ ਜਗਦੇਵ ਸਿੰਘ। ਅਤੇ ਅਸੀਂ ਅੱਜ 400 ਗਜ਼ ਦਾ ਬਲੌਕ ਕੀਤਾ, 250 ਗਜ਼ ਦਾ ਬਲੌਕ ਕੀਤਾ, ਜਿਹਦੇ ਵਿੱਚ ਸੰਗਤਾਂ ਨੇ ਭਰਪੂਰ ਸਹਿਯੋਗ ਦਿੱਤਾ। ਉਸ ਨਾਲ ਸਾਡਾ ਬੜੇ ਹੌਂਸਲੇ ਬੁਲੰਦ ਹੋਏ ਹੈ। ਜੋ ਇਹਨਾਂ ਦੀ ਗੁੰਡਾਗਰਦੀ ਹੈ, ਉਸ ਗੁੰਡਾਗਰਦੀ ਅਤੇ ਆ ਜੋ ਰੋਜ਼ ਆਏ ਦਿਨ ਪੁਲਿਸ ਵੱਲੋਂ ਹੁੰਦੀਆਂ ਧੱਕੇਸ਼ਾਹੀਆਂ ਕਾਰਵਾਈਆਂ ਦੇ ਖਿਲਾਫ, ਇਹ ਸਾਰਾ ਸੰਗਤਾਂ ਦਾ ਸਹਿਯੋਗ ਮਿਲ ਰਿਹਾ। ਅਸੀਂ ਸਮੂਹ ਸਾਧ ਸੰਗਤ ਦੇ ਬਹੁਤ ਬਹੁਤ ਧੰਨਵਾਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 24 ਤਰੀਕ ਨੂੰ ਜੀ, ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ 4 ਵਜੇ ਤੱਕ। ਹਾਂ, ਸਮੂਹ ਸਾਧ ਸੰਗਤ ਨੂੰ ਬੇਨਤੀ ਹੈ ਕਿ ਇਸ ਧੱਕੇਸ਼ਾਹੀ ਦੇ ਖਿਲਾਫ ਜੋ ਆਪਾਂ ਚੋਣ ਨਿਸ਼ਾਨ ਤਾਂ ਹੈਗਾ ਵੀ ਫੋਟੋ ਦੇ ਉੱਪਰ ਹੀ ਮੋਹਰ ਲੱਗਣੀ ਹੈ, ਅਤੇ ਆਪ ਜੀ ਨੂੰ ਪੁਰਜ਼ੋਰ ਅਪੀਲ ਬੇਨਤੀ ਕਰਦਾ ਕਿ ਅੱਜ ਇਸ ਘੜੀ ਦੇ ਵਿੱਚੋਂ ਸ਼ਾਂਤਮਈ ਮਾਹੌਲ ਦੇ ਵਿੱਚ ਆਪਾਂ ਚੱਲੀਏ, ਅਤੇ ਗੁਰੂ ਘਰ ਵਿੱਚ ਜਿਹੜੀ ਗੁੰਡਾਗਰਦੀ ਜੋ ਇਸ ਟਾਈਮ ਮਾਇਆ ਦਾ ਬੋਲਬਾਲਾ ਹੈ, ਆਪਾਂ ਉਹਨੂੰ ਉਸ ਚੀਜ਼ ਤੋਂ ਨਿਜਾਤ ਦਵਾ ਕੇ ਸਮੂਹ ਸਾਧ ਸੰਗਤ ਜਿਵੇਂ ਵੀ ਆਪਣੇ ਪਿਆਰ ਨਾਲ ਸਹਿਯੋਗ ਕਰੂਗੀ, ਉਸੇ ਤਰ੍ਹਾਂ ਹੀ ਸੰਗਤ ਦੇ ਫੈਸਲਿਆਂ ਮੁਤਾਬਕ ਹੀ ਗੁਰੂ ਘਰ ਦਾ ਪ੍ਰਬੰਧ ਚਲਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਮਰਾਮੈਨ ਹਰਜੀਤ ਤੁਗਰੀ ਦੇ ਨਾਲ ਆਰਤੀ ਦੀ ਰਿਪੋਰਟ, ਬ੍ਰੇਕਿੰਗ ਨਿਊਜ਼, ਪੰਜਾਬ।